ਹਾਂਜੀ ਕੀ ਹਾਲ ਚਾਲ ਆ ਸੋਹਣਿਓ ਸੱਜਣੋ 2 ਮਿੰਟ ਬਾਬਿਓ ਟਾਈਮ ਕੱਢ ਕੇ ਆਪਣੀ ਵੀਡੀਓ ਐਂਡ ਤੱਕ ਸੁਣ ਲਿਓ ਜੇ ਤੇ ਗੱਲਾਂ ਕੰਮ ਦੀਆਂ ਕੈਨੇਡਾ ਦਾ ਸੱਚ ਆ ਬੱਚੇ ਬੜੇ ਵੱਡੇ ਸੁਪਨੇ ਲੈ ਕੇ ਇੱਥੇ ਕੈਨੇਡਾ ਆਉਂਦੇ ਆ ਵੀ ਪਤਾ ਨਹੀਂ ਕੈਨੇਡਾ ਆ ਕੇ ਸੀ ਕੀ ਕਰ ਲਾਂਗੇ ਹਨਾ ਕੋਠੀਆਂ ਪਾਲਾਂਗੇ ਜ਼ਮੀਨਾਂ ਜੈ ਦਾਦਾਂ ਇਹ ਵੋ ਹਨਾ ਪਰ ਇੱਥੇ ਆ ਕੇ ਬੱਚਿਆਂ ਦਾ ਜਿਹੜਾ ਸੁਪਨਾ ਬਈ ਜਮਾ ਚੱਕਣਾ ਚੂਰ ਹੋ ਜਾਂਦਾ ਟੁੱਟ ਜਾਂਦਾ ਉਦੇ ਬਾਰੇ ਗੱਲਾਂ ਸੁਣਿਓ ਜੇ ਜ਼ਰੂਰ ਅੰਤ ਤੱਕ ਤੁਸੀਂ ਬੱਚਿਆਂ ਨੂੰ ਤੁਸੀਂ ਬਾਹਰ ਭੇਜ ਦਿੰਨੇ ਆ ਕੈਨੇਡਾ ਦੇ ਵਿੱਚ ਆਈਲੈਟਸ ਕਰਾ ਕੇ ਹੁਣ ਤੁਹਾਨੂੰ ਪਤਾ ਹੀ ਦੌਰ ਚੱਲੀ ਜਾਂਦਾ ਆਈਲੈਟਸ ਦਾ ਬਹੁਤ ਵੱਡੇ ਪੱਧਰ ਤੇ ਇੱਥੇ ਆ ਕੇ ਬਾਬਿਓ ਜਦੋਂ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਹਨਾ ਬੱਚਿਆਂ ਦਾ ਮੂੰਹ ਦੂਜੇ ਪਾਸੇ ਲੱਗ ਜਾਂਦਾ ਜਮਾ ਤੇ ਤੁਸੀਂ ਮਗਰੋਂ ਫੋਨ ਲਾ ਕੇ ਹਲਕਾ ਹੀ ਦਿੰਨੇ ਆ ਡੰਡਾ ਵੀ ਬਾਈ ਤੈਨੂੰ ਕੱਲਿਆ ਹਨਾ ਤੁਹਾਡਾ ਜਾਂ ਬੇਟਾ ਜਾਂ ਬੇਟੀ ਆ ਕੋਈ ਵੀ ਹੈਣਾ ਤੁਹਾਡਾ ਬੱਚਾ ਤੁਸੀਂ ਫੋਨ ਲਾ ਕੇ ਉਹਨੂੰ ਕਹਿੰਦੇ ਆ ਤੂੰ ਹੁਣ ਆਪਦਾ ਕੰਮ ਕਰ ਆਪਦਾ ਖਰਚਾ ਕੱਢ ਆਪਦੀਆਂ ਗ੍ਰੋਸਰੀਆਂ ਕੱਢ ਆਪਦਾ ਜੋ ਵੀ ਤਰ੍ਹਾਂ ਹੈਗਾ ਆਪਦੀਆਂ ਫੀਸਾਂ ਤੱਕ ਕਹਿ ਦਿੰਦੇ ਆ ਕੱਢਣ ਨੂੰ ਹੈਣਾ ਉਹ ਬੱਚਾ ਜਾਂਦਾ ਡਿਪਰੈਸ਼ਨ ਦੇ ਵਿੱਚ ਜਿਹੜੀ ਗੱਲ ਆ ਮੇਨ ਬਾਬੇ ਤੁਹਾਨੂੰ ਦੱਸੋ ਤੁਹਾਨੂੰ ਦੱਸ ਦਿਆਂ ਤੁਸੀਂ ਫੋਨ ਲਾ ਕੇ ਆਪਦੇ ਬੱਚੇ ਨੂੰ ਹੌਸਲਾ ਦਿਓ ਤੁਸੀਂ ਉਹਨੂੰ ਇਹੋ ਹੀ ਗੱਲ ਕਹਿਣੀ ਆ ਕਿ ਤੈਨੂੰ ਬੱਚੇ ਬਾਹਰ ਪੜਨ ਭੇਜਿਆ ਜਾਂ ਨੂੰ ਇਹ ਗੱਲ ਕਹਿ ਦਿਓ ਵੀ ਤੈਨੂੰ ਤਾਂ ਘੁੰਮਣ ਕ ਲਿਆਣਾ ਤੂੰ ਆਪ ਦਾ ਘੁੰਮ ਤੂੰ ਤਾਂ ਘੁੰਮਣਾ ਹੈ ਬੇਫਿਕਰ ਹੋ ਕੇ ਉਹਨੂੰ ਟੈਨਸ਼ਨ ਡਿਪਰੈਸ਼ਨ ਉਹਦਾ ਪਹਿਲਾਂ ਡਿਪਰੈਸ਼ਨ ਦੇ ਵਿੱਚ ਹਨਾ ਤੁਸੀਂ ਹੋਰ ਉੱਤੇ ਉੱਤੇ ਡਿਪਰੈਸ਼ਨ ਬਾ ਦਿੰਦੇ ਆ ਉਹਦੇ ਉੱਤੇ ਹੋਰ ਟੈਨਸ਼ਨ ਬਾ ਦਿੰਦੇ ਆ ਜਦੋਂ ਉਹਨੂੰ ਪਿੰਡੋਂ ਫੋਨ ਆਉਂਦਾ ਨਾ ਮਤਲਬ ਜਾਂ ਪਿੰਡੋਂ ਫੋਨ ਲਾਉਂਦੇ ਆ ਜਾਂ ਉਹ ਕਰਦਾ ਤਾਂ ਉਹਨੂੰ ਮਤਲਬ ਤੁਸੀਂ ਟੈਨਸ਼ਨ ਫ੍ਰੀ ਕਰ ਦਿਓ ਹਨਾ ਉਹਨਾਂ ਹੱਸ ਕੇ ਗੱਲਾਂ ਕਰੋ ਹਨਾ ਜੇ ਤੁਸੀਂ ਚਾਹੁੰਦੇ ਆ ਵੀ ਸਾਡਾ ਬੱਚਾ ਮਤਲਬ ਸੋਖ ਸ਼ਾਂਤੀ ਨਾਲ ਰਵੇ ਹਨ ਤੇ ਜੇ ਤੁਸੀਂ ਮਤਲਬ ਵੀ ਉਹੋ ਹੀ ਗੱਲ ਆ ਮੇਰੇ ਵਾਂਗੂ ਜੇ ਤੁਸੀਂ ਆਖੋ ਵੀ লাশ ਬਾਈ ਜੀ ਫਿਰ ਤਾਂ লাশ ਵਾਲੀ ਗੱਲ ਆ ਹਨਾ ਫਿਰ ਤਾਂ লাশ ਹੀ ਘਰੇ ਆਊਗੀ ਸਹੀ ਗੱਲ ਆ ਹਨਾ ਕਈ ਕਹਿਣਗੇ ਗੱਲਾਂ ਯਾਰ ਇਹ ਬੂ ਪਰ ਗੱਲਾਂ ਬਾਈ ਕੌੜੀਆਂ ਹਨਾ ਲੱਗਣਗੀਆਂ ਹੈ ਸੱਚੀਆਂ ਬਾਬੇ ਲੱਗਣੀਆਂ ਕੌੜੀਆਂ ਤੁਸੀਂ ਉਹਨੂੰ ਬੱਚੇ ਨੂੰ ਇਹ ਕਹਿਣਾ ਕਿ ਤੂੰ ਬੱਚੇ ਘੁੰਮਣ ਆਇਆ ਆ ਆਪਦਾ ਘੁਮ ਕੋਈ ਚੱਕਰ ਨਹੀਂ ਹਨਾ ਕਈ ਕਹਿਣਗੇ ਬੱਚੇ ਗਲਤ ਹੋਏ ਨੇ ਨਹੀਂ ਬਾਈ ਜੀ ਵੀ 25 ਸਾਲ ਦਾ ਵੱਧ ਤੋਂ ਵੱਧ ਬੱਚਾ ਹੁੰਦਾ ਥੋੜਾ ਆਇਲੈਂਡਸ ਕਰਕੇ ਆਉਂਦਾ 20-22 ਸਾਲਾਂ ਦਾ ਵੱਧ ਤੋਂ ਵੱਧ ਹਨਾ ਉਹਦੀ ਸਾਰੀ ਉਮਰ ਅੱਗੇ ਕੰਮ ਕਰਨ ਨੂੰ ਪਈ ਆ ਉਹਦੇ ਉੱਤੇ ਭੂਰਾ ਵੀ ਉਹਦੇ ਹਲਕੇ ਡੰਡਾਣਾ ਦੇਉ ਹਨਾ ਉਹਦੇ ਭੂਰਾ ਵੀ ਸਿਰ ਦੇ ਉੱਤੇ ਇੱਕ ਤਣਕਾ ਵੀ ਤੁਸੀਂ ਪਾੜਨਾ ਪਾਉ ਹੋਣਾ ਇੱਥੇ ਦਾ ਹਰੇਕ ਚੀਜ਼ ਗਰੋਸਰੀਆਂ ਘਰ ਦੇ ਰੈਂਟ ਹਨਾ ਬਗਾਨੇ ਥਾਂ ਦੇ ਬੈਠੇ ਆ ਉਤੋਂ ਫੀਸਾਂ ਦੇ ਹਨਾ ਕਿੰਨਾ ਕੁਝ ਤੁਸੀਂ ਬੱਚੇ ਨੂੰ ਉਹਦੀ ਉਮਰ ਤਾਂ ਕੀ ਦੇਖੋ ਹਨਾ ਤੁਸੀਂ ਹੋਰ ਉਹਨੂੰ ਡਿਪਰੈਸ਼ਨ ਦੇ ਵਿੱਚ ਨਾ ਪਾਉ ਨੂੰ ਹਨਾ ਉਹਨੂੰ ਆਏ ਕੋ ਵੀ ਕੋਈ ਨਹੀਂ ਤੂੰ ਘੁੰਮਣਾ ਹੈ ਹੌਲੀ ਹੌਲੀ ਬਾਬੇ ਉਹ ਸੈੱਟ ਹੋ ਜਾਂਦਾ ਦਾ ਸਾਰਾ ਕੁਝ ਹਨਾ ਬਹੁਤ ਉਮਰ ਪਈ ਆ ਕੰਮ ਕਰਨ ਦੀ ਉਹਨੂੰ ਆਉਂਦਿਆ ਸਾਰੀ ਨਾ ਉਹਦੇ ਉੱਤੇ ਭਾਰ ਪਾਓ ਉਹੀ ਗੱਲ ਆ ਜਿਵੇਂ ਮੈਂ ਕਹਿੰਦਾ ਹੁੰਨਾ ਕਿ 20-25 ਲੱਖ ਤੁਸੀਂ ਜੇ ਬੱਚੇ ਨੂੰ ਲਾ ਕੇ ਘੱਲਿਆ ਤੇ 20-25 ਲੱਖ ਮਗਰ ਤਿਆਰ ਰੱਖੋ ਹਨਾ 20-25 ਲੱਖ ਉਹੀ ਗੱਲ ਆ ਵੀ ਉਹਨੂੰ ਮਗਰ ਬਈ ਬਾਬੇ ਉਹਨੂੰ ਪੈਸੇ ਹਨਾ ਹੋਰ ਭੇਜੋ ਮਗਰ ਉਹਨੂੰ ਮਤਲਬ ਜਮਾ ਵੀ ਕਿਸੇ ਵੀ ਤਰ੍ਹਾਂ ਦਾ ਉਹਨੂੰ ਭਾਰ ਨਾ ਪਾਓ ਹਨ ਜੇ ਤੁਸੀਂ ਭਾਰ ਪਾਉਂਗੇ ਬਾਈ ਜੀ ਬੱਚਾ ਤੁਹਾਡਾ ਡਿਪਰੈਸ਼ਨ ਦੇ ਵਿੱਚ ਗਿਆ ਹੀ ਗਿਆ ਸਮਝੋ ਹਨ ਇੱਥੇ ਇੱਥੇ ਕੋਈ ਮਾਂ ਨਹੀਂ ਬੈਠੀ ਕੋਈ ਪਿਓ ਨਹੀਂ ਬੈਠਾ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਹਨ ਕੱਲਾ ਬੰਦਾ ਹੀ ਫਿਰ ਨਾ ਵਿੱਚੋਂ ਵਿੱਚ ਝੁਰੀ ਜਾਂਦਾ ਵਿੱਚੋਂ ਵਿੱਚ ਤੇ ਫਿਰ ਤੁਹਾਨੂੰ ਪਤਾ ਹੀ ਹੈ ਉਹਦਾ ਐਂਡ ਤੇ ਕੀ ਹਾਲ ਹੁੰਦਾ ਹਨ ਜੋ ਤੁਹਾਡਾ ਬੱਚਾ ਹੀ ਤੁਹਾਡੇ ਬੱਚੇ ਨੂੰ ਨਹੀਂ ਕੁਝ ਹੋਗਾ ਤੁਸੀਂ ਜਮੀਨਾ ਜੈਦਾ ਦਾ ਨੂੰ ਚਿੱਟਣਾ ਯਾਰ ਹਨਾ ਇਹ ਗੱਲ ਬਾਬੂ ਇੱਕ ਮੇਨ ਇਹੀ ਹੈ ਜਿਹੜੀ ਆਪਾਂ ਤੁਹਾਨੂੰ ਇੱਕ ਹੀ ਗੱਲ ਦੱਸੀ ਆ ਮੈਂ ਵੀਡੀਓ ਦੇ ਵਿੱਚ ਅੱਜ ਕਿ ਤੁਸੀਂ ਆਪਦੇ ਬੱਚੇ ਨੂੰ ਪੂਰਾ ਵੀ ਪੂਰਾ ਵੀ ਟੈਨਸ਼ਨ ਨਹੀਂ ਦੇਣੀ ਪੂਰਾ ਵੀ ਹਣਾ ਕਿਸੇ ਵੀ ਗੱਲ ਦੀ ਉਹਨੂੰ ਬਸ ਇਹੋ ਹੀ ਕਹਿਣਾ ਵੀ ਤੂੰ ਆਪਦਾ ਮਤਲਬ ਘੁੰਮਣ ਆਇਆ ਘਮਜਾ ਪੜਨ ਆਇਆ ਦਾ ਪੜ ਕੋਈ ਕੰਮ ਕੋਮ ਦੀ ਤੈਨੂੰ ਟੈਨਸ਼ਨ ਨਹੀਂ ਹਣਾ ਉਹ ਬੱਚੇ ਨੂੰ ਫਿਰ ਆਏ ਹੋਜੂ ਹਾਂ ਯਾਰ ਮੇਰਾ ਮਾਂ ਪਿਓ ਵੀ ਮੇਰੀ ਸਪੋਰਟ ਕਰਦਾ ਹਣਾ ਨਹੀਂ ਤਾਂ ਆਏ ਕਹਿ ਦਿੰਦਾ ਯਾਰ ਮੇਰਾ ਮਾਂ ਪਿਓ ਵੀ ਮੈਥੋਂ ਪਿੱਛੋਂ ਪੈਸੇ ਭਾਲਦਾ ਹਣਾ ਮੈਂ ਕਿੱਧਰ ਨੂੰ ਜਾਮਾ ਫਿਰ ਉਹ ਨਸ਼ਿਆਂ ਤੇ ਜਾਂ ਹੋਰ ਗਲਤ ਪਾਸੇ ਲੱਗ ਜਾਂਦਾ ਹਣਾ ਇਸ ਕਰਕੇ ਜਦੋਂ ਆਪਾਂ ਇੰਡੀਆ ਦੇ ਵਿੱਚ ਆਪਣੇ ਬੱਚੇ ਸਕੂਲ ਜਾਂ ਕਾਲਜ ਪੜ੍ਹਨ ਜਾਂਦੇ ਆਪਾਂ ਥੋੜੋ ਕਹਿੰਦੇ ਉਹਨਾਂ ਨੂੰ ਵੀ ਬਈ ਤੂੰ ਆਪਦੀ ਫੀਸ ਆਪ ਦੇ ਹਣਾ ਉੱਥੇ ਵੀ ਆਪਾਂ ਪੀਸਾਂ ਭਰਦੇ ਆਂ ਵੀ ਤੁਸੀਂ ਸੱਤ ਸਮੁੰਦਰੋਂ ਬੱਚਿਆਂ ਨੂੰ ਘੱਲ ਕੇ ਬਾਹਰ ਤੁਸੀਂ ਉਹਨਾਂ ਤੋਂ ਕੀ ਭਾਲਦੇ ਹਣਾ ਛੋਟੀ ਉਮਰ ਆ ਜੇ ਤਾਂ ਕੋਈ ਨਹੀਂ ਹੌਲੀ ਹੌਲੀ ਬਹੁਤ ਉਮਰਾਂ ਇੱਥੇ ਕੰਮ ਕਰਨ ਸਾਰੀ ਉਮਰ ਕੰਮ ਹੀ ਕਰੀ ਹੈ ਨਾ ਬਲਦ ਦੀ ਬਣੇ ਰਹਿਣਾ ਹੈ ਨਾ ਇੱਥੇ ਬਾਹਰਲੇ ਮੁਲਕਾਂ 'ਚ ਤਾਂ ਆ ਕੇ ਆਪਣੀ ਇਹੀ ਗੱਲ ਆ ਬਾਬੇ ਉਹ ਫਿਰ ਤਾਂ ਚਲੋ ਆਪਾਂ ਪਹਿਲਾਂ ਤਾਂ ਮੈਂ ਕਹਿਣਾ ਹੁੰਨਾ ਕਿ ਨਾ ਪੰਗੇ ਲੋ ਹਣਾ ਜਿਹਦਾ ਸਰਦਾ ਨਾ ਪਰ ਹਟਣਾ ਤਾਂ ਹੈ ਨਹੀਂ ਭੇਡ ਚਾਲ ਆ ਨਾ ਚਲੋ ਚੱਲੀ ਚੱਲੀ ਜਾਂਦੀ ਚੱਲੀ ਜਾਣੀ ਤੇ ਰੁਕਣਾ ਨਹੀਂ ਕੰਮ ਇਹੋ ਹੀ ਗੱਲ ਆ ਆਪਦੀ ਹੁਣ ਬਾਬੇ ਉਹ ਗੱਲ ਖਾਨੇ ਪਾ ਲਿਓ ਜੇ ਆਪਦੇ ਬੱਚੇ ਤੇ ਭੂਰਾ ਵੀ ਤਣ ਕੇ ਜਿੰਨਾ ਡਿਪਰੈਸ਼ਨ ਨਾ ਪਾਓ ਜੇ ਭਾਰ ਨਾ ਪਾਓ ਜੇ ਹਣਾ ਤੇ ਬਾਕੀ ਕਈ ਤਾਂ ਜਿਹੜੇ ਸਮਝਣ ਵਾਲੇ ਆ ਹਨਾ ਜਿਹੜੇ ਸਿਆਣੇ ਮਾਪਿਓ ਸਮਝ ਜਾਣਗੇ ਤੇ ਜੇ ਨਹੀਂ ਤਾਂ ਫਿਰ ਦੂਜੇ ਉਹਦੇ ਕਹਿਣ ਕੁ ਜਿਹੜੇ ਅੱਗੇ ਜਦਨ ਵਾਲੇ ਬਈ ਉਹ ਜੀ ਦੀ ਜਾਣਗੇ ਹਨਾ ਤੇ ਇਹੋ ਜੀਆਂ ਗੱਲਾਂ ਬਾਤਾਂ ਬਾਬਿਓ ਤੇ ਚੰਗੀਆਂ ਲੱਗੀਆਂ ਜ਼ਰੂਰ ਸ਼ੇਅਰ ਕਰਨਾ ਤੇ ਚਲੋ ਠੀਕ ਆ ਜਿਉਂਦੇ ਵਾਸਤੇ ਰੋਜ਼